ਮਲੇਰਕੋਟਲਾ ਵਿੱਚ ਸੋਮਵਾਰ ਨੂੰ ਜ਼ਿੰਦਾ ਸਾੜੇ ਗਏ ਬੱਚੇ ਨੂੰ ਇਨਸਾਫ਼ ਦਿਵਾਉਣ ਲਈ ਸੰਗਰੂਰ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਕੋਈ ਕਸਰ ਨਹੀਂ ਛੱਡੇਗੀ। ਇਹ ਭਰੋਸਾ ਪੰਜਾਬ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਦਿੱਤਾ ਹੈ। ਉਹਨਾਂ ਇਸ ਘਟਨਾ ਨੂੰ ਅਤਿ ਨਿੰਦਣਯੋਗ ਕਰਾਰ ਦਿੱਤਾ। ਉਹਨਾਂ ਗੁਜ਼ਾਰਿਸ਼ ਕੀਤੀ ਹੈ ਕਿ ਲੋਕ ਸੰਜਮ ਰੱਖਣ। ਲੋਕਾਂ ਨੂੰ ਮੈਂ ਦੇਖੋ ਇੱਕ ਗੱਲ ਸੁਣੋ ਜੀ, ਮੈਂ ਲੋਕਾਂ ਨੂੰ ਇੱਕ ਚੀਜ਼ ਦੀ ਪ੍ਰਾਰਥਨਾ ਵੀ ਕਰਦਾ, ਸਾਨੂੰ ਸੀਐਮ ਨਾਲ ਕੰਮ ਲੈਣਾ ਚਾਹੀਦਾ ਹੈ। ਪ੍ਰਸ਼ਾਸਨ ਕਦੇ ਨਹੀਂ ਚਾਹੁੰਦਾ, SSP ਜਾਂ DC ਜਾਂ ਕੋਈ SHO ਕਦੇ ਵੀ ਨਹੀਂ ਚਾਹੁੰਦਾ ਐਸੀ ਘਟਨਾ ਹੋਵੇ। ਸਾਨੂੰ ਉਹਨਾਂ ਦਾ ਸਹਿਯੋਗ ਦੇਣਾ ਚਾਹੀਦਾ ਹੈ। ਸਿੱਧੀ ਗੱਲ ਹੈ ਵੀ ਸਹਿਯੋਗ ਉਹਨਾਂ ਨੂੰ, ਅਸੀਂ ਉਹਨਾਂ ਦਾ ਸਹਿਯੋਗ ਦਈਏ ਨਾ ਕਿ ਉਹਨਾਂ ਵਾਸਤੇ ਕੋਈ ਸਮੱਸਿਆ ਕ੍ਰੀਏਟ ਕਰੀਏ। ਮੈਂ ਨਹੀਂ ਇਸ ਚੀਜ਼ ਦੇ ਹੱਕ 'ਚ ਆ, ਅਸੀਂ ਰਲ ਮਿਲ ਕੇ ਉਹਨਾਂ ਦਾ ਸਹਿਯੋਗ ਕਰਕੇ ਔਰ ਸਾਰੀ ਜਿਹੜੀ ਕਾਰਵਾਈ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਇਹ ਮੈਨੂੰ ਲੱਗਦਾ ਇੱਕ ਸ਼ੜਯੰਤਰ ਹੈ, ਕਿਸੇ ਦਾ ਰਚਿਆ ਸਿਰਜਣ ਰਿਹਾ, ਦੋ ਕਿਸੇ ਸਮੁਦਾਇ ਨੂੰ ਲੜਾਉਣ ਦੀ ਗੱਲ ਹੈ। ਅਗਰ ਕਿਸੇ ਨੂੰ ਮਾਰਨਾ ਹੋਵੇ ਤਾਂ ਡੰਡੇ ਨਾਲ ਵੀ ਮਾਰਿਆ ਜਾ ਸਕਦਾ ਹੈ, ਬੰਦੂਕ ਨਾਲ ਵੀ ਮਾਰਿਆ ਜਾ ਸਕਦਾ ਹੈ। ਇਹ ਸੋਚ ਕੇ ਕੰਮ ਕੀਤਾ ਗਿਆ ਹੈ ਕਿ ਕਿਸੇ ਭਾਵਨਾ ਨੂੰ ਠੇਸ ਲੱਗੇ ਔਰ ਇਹ ਜਿਹੜਾ ਹੈ ਭਾਵਨਾ ਭੜਕੇ ਔਰ ਇਹਦਾ ਨੁਕਸਾਨ ਹੋਵੇ। ਇਹ ਸੋਚੀ ਸਮਝੀ ਚਾਲ ਕਿਸੇ ਦੀ ਵੀ ਹੋ ਸਕਦੀ ਹੈ। ਅਸੀਂ ਪੂਰਾ ਸਰਕਾਰ ਦੇ ਤਰਫੋਂ ਵਿਸ਼ਵਾਸ ਦਿੰਦਾ, ਮੈਂ ਚੰਡੀਗੜ੍ਹ ਜਾ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਅੱਜ ਜਿਹੜੀ ਚੀਜ਼ ਦੇਖ ਕੇ ਜਾਵਾਂਗਾ ਉਹਦੇ ਵਾਸਤੇ ਗੱਲ ਕਰਾਂਗਾ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇਹ ਸ਼ੜਯੰਤਰ ਨਾ ਹੋਵੇ ਕਿ ਕੋਈ ਸਮੁਦਾਇ ਲੜਨ, ਸਾਡੇ ਸੂਬੇ ਦਾ ਨੁਕਸਾਨ ਹੋਵੇ, ਸਾਡੇ ਦੇਸ਼ ਦਾ ਨੁਕਸਾਨ ਹੋਵੇ। ਇਹ ਜਿਹੜੀ ਹੈ ਇੱਕ ਵਾਰ ਕਿਸੇ ਦੀ ਵੀ ਇਹ ਸ਼ਰਾਰਤ ਹੋ ਸਕਦੀ ਹੈ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।